ਸਾਰੇ ਇੱਕ ਨੇ, ਅਸੀਂ ਜੱਟ, ਜੇ ਯੂ ਡਬਲ ਟੀ ਜੱਟ, ਜੇ ਏ ਡਬਲ ਟੀ ਜਾਟ, ਅਸੀਂ ਜੱਟਾਂ ਨੂੰ ਇਕੱਠਿਆਂ ਕਰਦੇ ਹਾਂ ਜੀ। ਹਾਂਜੀ, ਇਹ ਹੁਣ ਸਾਡੇ ਵੀਰ ਨੇ, ਸਾਡਾ ਦਿਲ ਖੁਸ਼ ਹੋ ਜਾਂਦਾ ਆ ਜਦੋਂ ਸਾਨੂੰ ਜੱਟ ਕੋਈ ਕਹਿ ਦੇਵੇ ਕਿ ਅਸੀਂ ਜੱਟ ਆ, ਕੋਈ ਸਾਨੂੰ ਕਹਿ ਦੇਵੇ ਕਿ ਅਸੀਂ ਜੱਟ ਆ, ਸਾਨੂੰ ਵੈਸੇ ਸਾਡਾ ਚਿਹਰਾ ਜਿਹੜਾ ਸੁਰਖ ਹੋ ਜਾਂਦਾ, ਤਾਲ ਹੋ ਜਾਂਦਾ ਕਿ ਯਾਰ ਸਾਡਾ ਵੀਰ ਆ ਜੱਟ ਆ। ਠੀਕ ਆ, ਔਰ ਮੈਂ ਸਾ ਆਪਣੇ ਹਕੂਮਤ ਨੂੰ ਵੀ ਕਹਿੰਦਾ ਔਰ ਮੈਂ ਇੰਡੀਆ ਦੀ ਹਕੂਮਤ ਨੂੰ ਕਹਿੰਦਾ ਕਿ ਅਸੀਂ ਇੱਕ ਆ, ਠੀਕ ਆ, ਲਿਹਾਜ਼ਾ ਜਿਹੜੀਆਂ ਸਰਹੱਦਾਂ ਤੇ ਇੱਕ ਲਾਈਨ ਪਾ ਦਿੱਤੀ ਗਈ ਆ, ਇਹਨੂੰ ਤੁਸੀਂ ਦੂਰ ਕਰੋ, ਅਸੀਂ 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 ਅਮਨ ਪਸੰਦ ਲੋਕ ਆ। ਲੇਕਿਨ ਮੈਂ ਦੋਨਾਂ ਨੂੰ ਕਹਿੰਦਾ, ਦੋਨਾਂ ਹਕੂਮਤਾਂ ਨੂੰ ਕਹਿੰਦਾ, ਪਾਕਿਸਤਾਨ ਦੀ ਹਕੂਮਤ ਨੂੰ ਕਹਿੰਦਾ ਔਰ ਇੰਡੀਆ ਦੀ ਹਕੂਮਤ ਨੂੰ ਕਹਿੰਦਾ ਕਿ ਅਸੀਂ, ਸਾਡੇ ਦਿਲ ਇੱਕ ਆ, ਸਾਡੀ ਬੋਲਣੀ ਇੱਕ ਆ, ਸਾਡੀ ਚੱਲਣੀ ਇੱਕ ਆ, ਸਾਡਾ ਸਭ ਕੁਛ ਇੱਕ ਆ, ਫਿਰ ਤੁਹਾਨੂੰ ਸਾਨੂੰ ਕਿਉਂ ਅਲੱਗਾ ਕਰ ਦਿੱਤਾ ਗਿਆ? ਅਸੀਂ ਅਸੀਂ ਇਸ ਚੀਜ਼ ਨੂੰ ਕੰਡੈਮ ਕਰਦੇ ਹਾਂ, ਅਬ ਦੋਵੇਂ ਹਕੂਮਤਾਂ ਨੂੰ, ਪਾਕਿਸਤਾਨ ਦੀ ਹਕੂਮਤ ਨੂੰ ਔਰ ਇੰਡੀਆ ਦੀ ਹਕੂਮਤ ਨੂੰ ਕਹਿੰਦੇ ਹਾਂ ਕਿ ਇਹ ਜਿਹੜੀਆਂ ਲਾਈਨਾਂ ਨਾ, ਇੱਕ ਭਾਈਚਾਰੇ ਨਾਲ, ਪਿਆਰ ਮੁਹੱਬਤ ਨਾਲ ਇਹਨਾਂ ਨੂੰ ਇਹਨੂੰ ਦੂਰ ਕੀਤਾ ਜਾਏ। ਮੈਨੂੰ ਪਹਿਲੀ ਵਾਰ ਸੁਣਨ ਨੂੰ ਮਿਲੀ ਉਹ ਜ਼ਿੰਦਗੀ ਚ, ਔਰ ਬੜੇ ਕੰਮ ਦੀ ਗੱਲ ਹੈ। ਜਾਟ ਤੇ ਜੱਟ, ਅਸੀਂ ਆਪਦੇ ਆਪ ਨੂੰ ਹੁਣ ਤੱਕ ਜਾਟ ਹੀ ਲਿਖਦੇ ਆਏ ਹਾਂ, ਅਸੀਂ ਸੋਚਿਆ ਅਸੀਂ ਉਹ ਜੱਟ ਆ। ਜੇ ਯੂ ਡਬਲ ਟੀ ਕਹਿੰਦੇ ਜੱਟ, ਜੇ ਏ ਡਬਲ ਟੀ ਜਾਟ, ਸੋ ਇਹ ਨੋਟ ਕਰਨ ਵਾਲੀ ਗੱਲ ਆ। ਦੂਜੀ ਗੱਲ, ਇਹਨਾਂ ਨੇ ਬੜੀ ਕੰਮ ਦੀ ਕੀਤੀ ਆ, ਦੋਨਾਂ ਸਰਕਾਰਾਂ ਨੂੰ ਕਿਹਾ ਵੀ ਤੁਸੀਂ ਹੱਸ ਜੋ, ਲੋਕੀ ਮਿਲਣਾ ਚਾਹੁੰਦੇ ਆ ਇੱਕ ਦੂਜੇ, ਮਿਲਣ ਦਿਓ। ਹਾਂ, ਕੁਛ ਲੋਕ ਚਾਹੇ ਇੱਧਰ ਦੇ ਆ ਜਾਂ ਉੱਧਰ ਦੇ, ਜੇ ਤੁਸੀਂ ਭੈੜੀ ਨੀਤ ਜਾਂ ਤੁਹਾਡਾ ਦਿਲ ਸਾਫ਼ ਨਹੀਂ, ਦੂਜੇ ਦੇਸ਼ਾਂ 'ਤੇ ਜਾ ਕੇ ਜਦੋਂ ਤੁਸੀਂ ਕੋਈ ਗਲਤ ਕਾਰਵਾਈ ਕਰਦੇ ਹੋ, ਫਿਰ ਚਾਹੇ ਪਾਕਿਸਤਾਨ ਗੌਰਮੈਂਟ ਆ ਚਾਹੇ ਇੰਡੀਆ ਦੀ ਆ, ਫਿਰ ਆਪਾਂ ਨੂੰ ਟ੍ਰਬਲ ਆਉਣੀ ਆ। ਜੇ ਤੁਸੀਂ ਵਾਕਿਆ ਮਿਲਣ ਆਏ ਹੋ ਤੇ ਵਾਕਿਆ ਤੁਹਾਡੇ ਦਿਲਾਂ 'ਚ ਪਿਆਰ ਆ, ਸਾਰਾ ਦੇ ਧਰਮ ਦਾ ਮੈਸੇਜ ਇਹ ਆ ਕਿ ਅਸੀਂ ਇੱਕ ਆ, ਸਾਡੀਆਂ ਸ਼ਕਲਾਂ ਇੱਕ ਆ, ਸਾਡਾ ਰਹਿਣ ਸਹਿਣ ਇੱਕ ਆ, ਸਾਡੇ ਪਿੰਡਾਂ ਦਾ ਉਹੀ ਮਾਹੌਲ ਆ, ਸਾਡਾ ਹਰ ਚੀਜ਼ ਉਹੀ ਆ, ਜੁੱਤੀ ਕੱਪੜੇ ਹਰ ਚੀਜ਼ ਉਹੀ ਆ। ਮੈਂ ਕਹਿੰਦਾ ਕਿ ਸੇਮ ਆ ਸਾਡਾ, ਫਿਰ ਅਸੀਂ ਜਿਹੜੇ ਵੱਖ ਵੱਖ ਹਾਂ, ਇਹ ਤੇ ਦਿਲ ਸਾਡਾ ਜਿਹੜਾ ਨਾਲ ਹੁੰਦਾ ਹੈ। ਮੈਂ ਪੂਰੇ ਪਾਕਿਸਤਾਨ ਦੇ, ਪੂਰੀ ਦੁਨੀਆਂ ਦੇ ਜਿਹੜੇ ਮੀਡੀਆ ਨੂੰ ਇਹੀ ਮੈਸੇਜ ਦੇਣਾ ਚਾਹ ਰਿਹਾ ਕਿ ਅਸੀਂ ਪੰਜਾਬੀ ਜੱਟ, ਅਸੀਂ ਪੰਜਾਬੀ ਜੱਟ, ਇੱਕ ਇੰਡੀਆ ਦਾ ਪੰਜਾਬ, ਇੱਕ ਪਾਕਿਸਤਾਨ ਦਾ ਪੰਜਾਬ, ਅਸੀਂ ਇੱਕ ਆ। ਸਾਡੀ ਆ ਰਹਿਣ ਸਹਿਣ, ਸਾਡਾ ਬੈਠਣ ਉੱਠਣ, ਸਾਡਾ ਖਾਣ ਪੀਣ ਸਾਰਾ ਇੱਕ ਆ, ਫਿਰ ਸਾਨੂੰ ਕਿਉਂ ਦੋ ਕੀਤਾ ਗਿਆ? ਮੈਸੇਜ ਇਹੀ ਆ। ਮੈਂ ਸਾਰੇ ਆਪਣੇ ਮੀਡੀਆ ਨੂੰ ਮੈਸੇਜ ਦੇਣਾ ਚਾਹ ਰਿਹਾ ਕਿ ਅਮਨ ਨਾਲ, ਪਿਆਰ ਮੁਹੱਬਤ ਨਾਲ ਜ਼ਿੰਦਗੀ ਗੁਜ਼ਾਰੋ। ਜ਼ਿੰਦਗੀ ਕਿੰਨੇ ਦਿਨ ਦੀ, ਕਿਸੇ ਨੇ ਤਸਵਰ ਕੀਤਾ ਜ਼ਿੰਦਗੀ ਕਿੰਨੇ ਦਿਨ ਦੀ ਆ? ਕੋਈ ਆਇਆ, ਕੋਈ ਮੈਂ ਕਰ ਗਿਆ, ਕੋਈ ਤੈਅ ਕਰ ਗਿਆ, ਮੈਂ ਕਰਦਾ, ਹਰ ਇਨਸਾਨ ਚੱਲ ਜਾਂਦਾ। ਲੇਕਿਨ ਤੁਹਾਡੇ ਅਮਲ ਅਮਾਲ ਉਹੀ ਤੁਹਾਡੇ ਕੰਮ ਹੋਣੇ ਜਿਹੜਾ ਤੁਸੀਂ ਅੱਛਾ ਅਮਲ ਕਰ ਜਾਣਾ ਹੈ। ਇਸ ਵਾਸਤੇ ਅਸੀਂ ਅੱਛੇ ਅਮਲ ਵਾਸਤੇ ਸਾਰੀ ਦੁਨੀਆਂ ਦੇ ਅਸੀਂ ਮੈਸੇਜ ਦੇਵਾਂਗੇ ਕਿ ਅਸੀਂ ਇਹ ਮੈਸੇਜ ਦੇਣਾ ਚਾਹ ਰਹੇ ਕਿ ਅਸੀਂ ਇੱਕ ਆ, ਅਸੀਂ ਪਿਆਰ ਮੁਹੱਬਤ ਨਾਲ ਰਹਿਣਾ ਚਾਹ ਰਹੇ ਹਾਂ, ਸਾਨੂੰ ਵੱਖ ਨਾ ਕੀਤਾ ਜਾਏ। ਅਸੀਂ ਪ੍ਰਧਾਨ ਮੰਤਰੀ ਵੀ ਸਾਨੂੰ ਕਹਿ ਆਪਣਾ ਉੱਥੇ ਜਿਹੜੇ ਇੰਡੀਆ ਦੇ, ਉਹਨਾਂ ਨੂੰ ਵੀ ਪੈਗਾਮ ਦੇਣਾ ਚਾਹ ਰਹੇ ਹਾਂ ਕਿ ਪਾਕਿਸਤਾਨੀ ਵੀ ਜੱਟ ਔਰ ਇੰਡੀਆ ਦੇ ਜੱਟ, ਅਸੀਂ ਦੋਵੇਂ ਅਸੀਂ ਸਾਰੇ ਭਰਾ ਵਾਂ, ਸਾਨੂੰ ਮਿਲਣ ਦਿਓ। ਸਾਡੀ ਸੜਕਾਂ ਤੇ ਜਿਹੜੀਆਂ ਤੁਸੀਂ ਲਾ ਦਿੱਤੀਆਂ ਨਾ ਕਿ ਵੀਜ਼ੇ ਨਹੀਂ ਮਿਲਦੇ, ਅਤੇ ਅੱਜ ਮੈਨੂੰ ਦੱਸਿਆ ਗਿਆ ਕਿ ਬਹੁਤ ਮੁਸ਼ਕਲ ਵੀਜ਼ਾ ਮਿਲਦਾ ਸੀ, ਇਹਨਾਂ ਨੂੰ ਤੁਸੀਂ ਦੂਰ ਕਰੋ। ਲਿਹਾਜ਼ਾ ਮੈਂ ਰਿਕੁਐਸਟ ਕਰਨਾ ਆਪਣੀ ਸਰਕਾਰ ਨੂੰ ਵੀ, ਇੰਡੀਆ ਸਰਕਾਰ ਨੂੰ ਰਿਕੁਐਸਟ ਕਰਨਾ ਕਿ ਇਸ ਚੀਜ਼ ਨੂੰ ਦੂਰ ਕੀਤਾ ਜਾਏ। ਔਰ ਮੈਂ ਕਹਿੰਦਾ ਕਿ ਸਾਰੇ ਵੀਰਾਂ ਨੂੰ ਇੱਕ ਕਰੋ। ਪਹਿਲੋਂ ਕਿਹੜੇ ਸੀ ਉਹ ਦੇਖੋ, 1947 ਤੋਂ ਪਹਿਲੋਂ ਅਸੀਂ ਇੱਕ ਸੀ, ਅਸੀਂ ਸਾਰੇ ਇੱਕ ਸੀਗੇ। ਵਿੱਚ ਲੈਣ ਪਾ ਦਿੱਤੀ ਗਈ ਆ, ਇੱਕ ਚਾਰ ਸੂਬੇ ਦੇ ਰਾਹ 36 ਸੂਬੇ ਉੱਧਰ ਚਲੇ ਗਏ, ਅਸੀਂ ਫੇਰ ਵੀ ਸਾਡੀ ਮੁਹੱਬਤ ਕੋਈ, ਅਸੀਂ ਉੱਧਰ ਚਲ ਜਾਂਦੇ ਹਾਂ ਤੇ ਸਾਨੂੰ ਲੋਕ ਚੁੱਕਦੇ ਆ। ਇਹ ਜਦੋਂ ਸਾਡੇ ਕੋਲ, ਸਾਡੇ ਪਾਕਿਸਤਾਨ 'ਚ ਆਉਂਦੇ ਤੇ ਅਸੀਂ ਇਹਨਾਂ ਨੂੰ, ਸਾਡਾ ਦਿਲ ਖੁਸ਼ ਹੋ ਜਾਂਦਾ ਹੈ। ਅੱਜ ਮੈਂ ਤਸੱਵਰ ਨਹੀਂ ਕਰ ਸਕਦਾ ਕਿੰਨੀ ਕੁ ਮੈਨੂੰ ਖੁਸ਼ੀ ਹੋਈ ਆ ਕਿ ਮੇਰੇ ਕੋਲ ਮਾਸ਼ਾਅੱਲਾ ਰੰਧਾਵਾ ਸਾਹਿਬ ਆਏ ਨੇ, ਗਿੱਲ ਸਾਹਿਬ ਆਏ ਨੇ, ਔਰ ਮੇਰੇ ਬੋਲੇ ਨਹੀਂ ਜਾ ਰਿਹਾ। ਮੇਰੀ ਕਿ ਖੁਸ਼ੀ ਦੀ ਇੰਤਹਾ ਨਹੀਂ ਹੈਗੀ ਇਸ ਚੀਜ਼ ਦੀ ਕਿ ਮੈਂ ਇਹ ਗੱਲ ਕਰਦਾ ਕਿ ਮੇਰੇ ਵੀਰ ਨੇ ਔਰ ਇਹ ਮੇਰੀਆਂ ਮੁਹੱਬਤਾਂ ਨੇ, ਅਸੀਂ ਇਹਨਾਂ ਨਾਲ ਮੁਹੱਬਤ ਕਰਦੇ ਹਾਂ, ਔਰ ਆਈ ਲਵ ਯੂ, ਔਰ ਰਵਾਸ ਆਈ ਲਵ ਯੂ, ਗਿੱਲ ਸਾਹਿਬ ਆਈ ਲਵ ਯੂ, ਔਰ ਪੱਟੀ ਸਾਹਿਬ ਆਈ ਲਵ ਯੂ, ਸਾਰੇ ਭਰਾਓ ਨੂੰ ਆਈ ਲਵ ਯੂ ਕਰਨਾ, ਔਰ ਪਾਕਿਸਤਾਨ ਦੀ ਦੁਨੀਆ ਜਿਹੜੇ ਬੈਠੇ ਸਿੱਖ ਪੰਜਾਬੀ ਜੱਟ ਸਾਰਿਆਂ ਨੂੰ ਆਈ ਲਵ ਯੂ। ਜੱਫੀ ਬਾਵੀ ਤਰ੍ਹਾਂ ਕਰਦੀ ਹੁੰਦਾ ਚੜ੍ਹਦੀ ਕਰਾਂ ਜਨਾਬ।